बिस्मिल्लाहिर्रहमानिर्रहीम, मेरा नाम मोहम्मद आमिर, दुनिया भर टैरिटरी के बाहर की तरफों मैं महदा वा। असी अज मौजूद हाँ साढ़े प्रोग्रेसिव फार्मर हनीफ खान साहब है ने उन्होंने को 90 एकड़ इन्हें काश्त है। तो इन्होंने कुछ रकबे के उत्ते असी इन्हें को डेमो प्लाट लवाया, उत्थे असी अटलांटिस इस्तेमाल नहीं करवाया। बाकी सारे रकबे के उत्ते इन्हों जड़ा है 86 एकड़ उत्ते असी अटलांटिस उपर इस्तेमाल करवाया, 4 एकड़ तो इन्होंने होर स्प्रे इस्तेमाल किया है। असी अज इन्हों को मौजूद हाँ, असी इन्हों को पुछांगे कि इन्हों के किस तरह के इन्होंने रिजल्ट पाए हैं, की इन्हों के व्यूज़ ने। ਸਾਰੇ ਕੋਲ 90 ਏਕੜ ਰਕਬਾ ਹੈ, ਉਹਦੇ ਵਿੱਚ ਅਸਾਂ ਬਕਾਇਦੇ ਕੀਤੀ ਹੈ, 4 ਕਿੱਲਿਆਂ ਨੇ ਅਸਾਂ ਨਹੀਂ ਕੀਤੀ। ਉਹ ਦੁੰਬੀ ਸਿੱਟੀ ਜੰਗਲੀ ਜਿਹੀ ਸਾਹਮਣੇ ਨਜ਼ਰ ਆਉਂਦੀ ਖੜੀ, ਬਕਾਇਆ ਇੱਥੇ ਕੀਤੀ ਹੋਈ ਹੈ। ਅਸਾਂ ਬਿਲਕੁਲ ਝਾੜ ਹੀ ਬਣੇ, ਬੂਟਾ ਹੀ ਮਾਰੇ ਸੀ, ਬਿਹਤਰੀਨ। ਕੋਈ ਦੁੰਬੀ ਸਿੱਟੀ ਕਹਿ ਨਹੀਂ, ਕੋਈ ਜੰਗਲੀ ਕਹਿ ਨਹੀਂ, ਕੋਈ ਜੋੜੇ ਪੱਤੇ ਵਾਲੀ ਕਹਿ ਨਹੀਂ। ਪਰ ਹਨੀਫ ਖਾਨ ਸਾਹਿਬ ਨੇ ਦੱਸਿਆ ਹੈ ਕਿ ਜੀ ਉਹਨਾਂ ਨੇ 4 ਏਕੜ 'ਤੇ ਇਸਤੇਮਾਲ ਨਹੀਂ ਕੀਤੀ, ਇੱਥੇ ਡੈਮੋ ਸੀ ਲਵਾਇਆ ਸੀ, ਇਹਨਾਂ ਨੇ ਹੋਰ ਸਪਰੇਅ ਇਸਤੇਮਾਲ ਕੀਤਾ। ਉੱਥੇ ਜੜੀ ਬੂਟੀ ਉਹ ਕਹਿ ਰਹੇ ਜੀ ਵੈਸੇ ਨਜ਼ਰ ਆ ਰਹੀ ਹੈ, ਜਿੱਥੇ ਇਹਨਾਂ ਨੇ ਅਟਲਾਂਟਿਸ ਉੱਪਰ ਇਸਤੇਮਾਲ ਕੀਤੀ। ਇੱਥੇ ਝਾੜ ਵੀ ਬਹੁਤ ਅੱਛੀ ਬਣੀ ਹੈ, ਔਰ ਦੇਖ ਲਓ ਕਿਸੇ ਕਿਸਮ ਦਾ, ਇੱਥੇ ਦਿਖਾਓ ਜੀ ਕੈਮਰਾਮੈਨ ਦਿਖਾਏਗਾ, ਇੱਥੇ ਕਿਸੇ ਕਿਸਮ ਦੀ ਕੋਈ ਜੜੀ ਬੂਟੀ ਨਹੀਂ ਹੈ। ਇੱਥੇ ਇੱਧਰ ਦਿਖਾਓ, ਉੱਥੇ ਜੜੀ ਬੂਟੀ ਨਜ਼ਰ ਆ ਰਹੀ ਹੈ, ਔਰ ਤੁਸੀਂ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਕਿ ਫਸਲ ਇੰਨੀ ਜ਼ਿਆਦਾ ਅੱਛੀ ਨਹੀਂ ਹੈਗੀ।